किसान मजदूर संघर्ष कमेटी वालों सिंचाई विभाग के दफ्तर के बाहर धरना प्रदर्शन किया गया। इस मौके किसानों की मांग है कि नहरी पानी जो कि किसानों नूं दिता जाता है सिंचाई लई उसका दायरा वधाया जाए ता जो जमीना के नीचे का पानी बचाया जा सके। मैं सरवण सिंह पंधेर किसान मजदूर संघर्ष कमेटी का सूबा जनरल सकत्तर जी। अज साडा पंजाब पद्धरी जिहड़े नहरी विभाग आ जिवें तुसीं अमृतसर देख रहे हो यही चीफ जिहड़ा वाटर सप्लाई है उहदे दफ्तर अगे अज दा धरना दे रहे अमृतसर च। इसे तरीके नाल गुरदासपुर फिरोजपुर जलंधर आदि थावां ते धरने हो रहे। साडा मनुख मनोरथ आ भी जिहड़ा झोने का बदल सानूं ना देण करके जिहड़ा जमीन हेठला पानी उह लगातार घट रहा। तो सब तो वड्डे चंगे सोर्स सीगे कुदरती पानी दे उह सीगियां साडियां नहरां। ठीक है, नहरिया थले पेलो 17% सिंचाई का खेत्र सीगा पूरे पंजाब च, हुण उह घट रहा लगातार। ठीक है जी, तो नहरी डिपार्टमेंट वास्ते पंजाब सरकार ने बजट में को बहुता चंगा फंड नहीं रखा गया ते नहरां दी खाल खलाई सूबियां दी खाल खलाई कदी भी नहीं हो रही। सो नहरी पानी जिहड़ा साडा उह दरियावां दे थ्रू वेस्ट जिहड़ा वा दूजे पासे जा रहा। सो अज असीं इह मंगा भारना है भी जिहड़ा नहरी डिपार्टमेंट आ जिहड़ा नहरां दा पानी आ उहदे हेठ सिंचाई दा जिहड़ा खेत्र आ उह वधाया जावे ते नहरी डिपार्टमेंट वास्ते सरकार वध तों वध बजट विच पैसे रखे ਤਾਂ ਜੋ ਸਾਡਾ ਇਹ ਕੁਦਰਤੀ ਪਾਣੀ ਆ ਅਤੇ ਇੱਕ ਚੰਗਾ ਪਾਣੀ ਆ ਅਤੇ ਇਹਦੇ ਨਾਲ ਜਿਹੜਾ ਪੰਜਾਬ ਦੀ ਧਰਤੀ ਹੇਠਲਾ ਪਾਣੀ ਉਹ ਬਚਾਇਆ ਜਾ ਸਕੇ। ਦੂਸਰੇ ਪਾਸੇ ਜਿਹੜਾ ਪੰਜਾਬ ਦੇ ਪਾਣੀ ਅੱਗੇ ਲਗਾਤਾਰ ਹੇਠਾਂ ਜਾ ਰਹੇ ਜਿਹੜੇ ਪੰਜਾਬ ਦੀ ਦਰਿਆਵਾਂ ਦਾ ਇਸ਼ੂ ਆ। ਕੌਮਾਂਤਰੀ ਕਾਨੂੰਨ ਦੇ ਮੁਤਾਬਕ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ, ਦਰਿਆਵਾਂ ਰਾਹੀਂ ਵੇਸਟ ਪਾਣੀ ਉਹਦੀ ਵਰਤੋਂ ਨਹੀਂ। ਜਿਹੜਾ ਬਰਸਾਤ ਰਾਹੀਂ ਸਾਡਾ ਪਾਣੀ ਵਰਸ ਰਿਹਾ ਸਰਕਾਰ ਉਹਦੀ ਵੀ ਦੁਰਵਰਤੋਂ ਜਿਹੜੀ ਆ ਕਰ ਰਹੀ ਆ ਉਹਦੀ ਵਰਤੋਂ ਸਹੀ ਰੂਪ ਵਿੱਚ ਨਹੀਂ ਹੋ ਰਹੀ। ਸੋ ਇਸ ਕਰਕੇ ਪਾਣੀ ਵਾਲੇ ਇਸ਼ੂ ਨੂੰ ਲੈ ਕੇ ਵੀ ਇਸ ਵੇਲੇ ਪਾਣੀ ਦਾ ਸੰਕਟ ਪੂਰੇ ਦੇਸ਼ ਵਿੱਚ ਆ। ਠੀਕ ਆ, ਪੰਜਾਬ 'ਚ ਚੱਲ ਧਰਤੀ ਹੇਠ ਪਾਣੀ ਆ ਤਾਂ ਬਚਿਆ, ਪਰ ਪੰਜਾਬ ਦਾ ਵੀ 138 ਬਲਾਕਾਂ 'ਚੋਂ 100 ਤੋਂ ਪਲੱਸ ਬਲਾਕ ਪੰਜਾਬ ਸਰਕਾਰ ਨੇ ਡਾਰਕ ਘੋਸ਼ ਕਰਤੇ ਆ। ਅਤੇ ਤੁਸੀਂ ਵੇਖੋਗੇ ਆਉਣ ਵਾਲੇ ਕੋਈ 10 ਸਾਲਾਂ 'ਚ ਗ੍ਰੀਨ ਟ੍ਰਿਬਿਊਨਲ ਜਿਹੜਾ ਵਾ ਪੰਜਾਬ ਵਿੱਚ ਬੋਰ ਕਰਨ 'ਤੇ ਪਾਣੀ ਕੱਢਣ 'ਤੇ ਪਾਬੰਦੀ ਲਾਊਗਾ। ਜਿਹੜਾ ਪਾਣੀ ਘਟਿਆ ਵਾ ਇਹਦੇ ਵਾਸਤੇ ਭਾਰਤ ਦੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ, ਕਿਉਂਕਿ ਜਦੋਂ ਝੋਨਾ ਲਾਇਆ ਗਿਆ ਝੋਨਾ ਇੰਨਾ ਪਾਣੀ ਪੀਣ ਵਾਲੀ ਫਸਲ ਆ, ਅਜੇ ਤੱਕ ਸਾਥੋਂ ਬਦਲ ਕੋਈ ਨਹੀਂ ਹੈਗਾ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਤੇਲ ਬੀਜਾਂ ਦਾ ਇਹ ਦਾਲਾਂ ਦਾ ਕੋ ਰੇਟ ਵਧੀਆ ਦੇ ਦਿਓ, ਅਸੀਂ ਝੋਨੇ 'ਚੋਂ ਨਿਕਲ ਕੇ ਅਤੇ ਇਹੋ ਜਿਹੀਆਂ ਫਸਲਾਂ ਲਾ ਲਈਏ ਜਿਹਦੇ ਨਾਲ ਪਾਣੀ ਦੀ ਵੇਸਟੇਜ ਕਰ ਰਹੇ। ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਰੱਖਦਿਆਂ ਹੋਏ ਅਸੀਂ ਪੂਰੇ ਪੰਜਾਬ ਵਿੱਚ ਨਹਿਰੀ ਡਿਪਾਰਟਮੈਂਟ ਜਿਹੜੀ ਉਹਦੇ ਅਫਸਰ ਸਾਹੀ ਉਹਦੇ ਖਿਲਾਫ਼ ਧਰਨੇ ਕੱਢੇ ਹੋਏ ਆ ਵੀ ਤਾਂ ਜੋ ਨਹਿਰੀ ਪਾਣੀ ਹੇਠ ਪੰਜਾਬ ਦਾ ਵੱਧ ਤੋਂ ਵੱਧ ਸਿੰਚਾਈ ਖੇਤਰ ਜਿਹੜਾ ਵਾ ਉਹਨੂੰ ਲਿਆ ਕੇ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਧੰਨਵਾਦ।